कोर्ट चल रहे जी, हजे ब्रेक टाइम होया नहीं, अपना थोड़ा हौली रखना है। 2 तरीक नूं अरैसट होने तो बाद 3 तरीक नूं पेश करन तो बाद 2 दिन का रिमांड मंगया गया सी, अज फिर 2 दिन तो बाद पेश किया गया, 2 दिन का होर रिमांड दिता गया। तफ्तीश हजे पूर्ति तक पहुंची नहीं है, पूर्ति प्राप्त करूगी फिर जुडिशल भेजा जाऊगा, लोड पई फिर रिमांड रिक्वेस्ट किया जाऊगा, हजे तफ्तीश जा रही है। ਉਹੀ ਜੋ ਪਿਛਲੀ ਵਾਰ ਦਿੱਲੀ ਤੇ ਰੱਖੀਆਂ ਗਿਆ ਸੀ, ਜਿਹੜੇ ਦੋਸ਼ੀ ਆ ਉਹਨਾਂ ਦੇ ਵਕੀਲ ਵੱਲੋਂ, ਸਾਡੇ ਵੱਲੋਂ ਇਹ ਪੇਸ਼ ਕੀਤਾ ਗਿਆ ਕਿ ਜਿਹੜਾ ਮੋਬਾਈਲ ਰਿਕਵਰ ਹੋਇਆ ਅਸਲ ਮੋਬਾਈਲ ਰਿਕਵਰ ਕਰਨਾ ਹਜੇ ਬਾਕੀ ਹੈ, 5 ਅਰੈਸਟ ਹੋਰ ਵੀ ਕਰਨੇ ਬਾਕੀ ਹੈ, ਉਹਦੇ ਲਈ ਰਿਮਾਂਡ ਮੰਗਿਆ ਗਿਆ, ਹਜੇ ਹੋਰ ਰਿਮਾਂਡ ਦਿੱਤਾ ਗਿਆ 2 ਦਿਨ। ਮੇਰਾ ਨਾਮ ਐਡਵੋਕੇਟ ਹਰਜੋਤ ਸਿੰਘ ਹਰੀਕੇ ਹੈ ਅਤੇ ਅਸੀਂ ਕਰਮਜੀਤ ਸਿੰਘ ਬੈਂਸ ਨੂੰ ਰੀਪ੍ਰਜੈਂਟ ਕਰਦੇ ਹਾਂ ਅਤੇ ਅੱਜ ਸੈਕਿੰਡ ਟਾਈਮ ਪ੍ਰੋਸੀਕਿਊਸ਼ਨ ਨੇ, ਪੁਲਿਸ ਨੇ ਉਹਨਾਂ ਨੂੰ ਪੇਸ਼ ਕੀਤਾ ਸੀਗਾ ਅਤੇ 2 ਦਿਨ ਦਾ ਰਿਮਾਂਡ ਉਹਨਾਂ ਨੂੰ ਪਹਿਲਾਂ ਮਿਲਿਆ ਸੀਗਾ, 2 ਦਿਨ ਦਾ ਰਿਮਾਂਡ ਉਹਨਾਂ ਨੇ ਨੈਕਸਟ ਕੰਟੀਨਿਊ ਕੀਤਾ। ਉਹ 2 ਦਿਨ ਦੇ ਰਿਮਾਂਡ ਦੇ ਵਿੱਚ ਉਹਨਾਂ ਨੇ ਉਹੀ ਗੱਲਾਂ ਪਹਿਲਾਂ ਕਹੀਆਂ ਕਿ ਜਿਹੜੀਆਂ ਹੁਣ ਦੁਬਾਰਾ ਉਹਨਾਂ ਨੇ ਫਿਰ ਇਸ ਜੱਜ ਸਾਹਿਬ ਨੂੰ ਕਹਿਤੀਆਂ। ਬਸ ਇੱਕ ਤਾਂ ਉਹ ਕਹਿੰਦੇ ਅਸੀਂ ਮੋਬਾਈਲ ਦੀ ਰਿਕਵਰੀ ਕਰਨੀ ਹੈ ਅਤੇ ਇੱਕ ਉਹਨਾਂ ਨੇ ਇਹ ਪਤਾ ਕਰਨਾ ਹੈਗਾ ਕਿ ਕੀ ਹੋਰ ਬੰਦੇ ਹੈਗੇ ਜਿਹੜੇ ਇਹਨਾਂ ਦੇ ਨਾਲ ਹੈਗੇ ਆ ਅਤੇ ਉਹ ਚੀਜ਼ਾਂ ਦਾ ਤਾਂ ਕੋਈ ਲੈਣ ਦੇਣ ਹੈ ਹੀ ਨਹੀਂਗਾ, ਪਰ ਕੇਸ ਇੰਨਾ ਹਾਈ ਪ੍ਰੋਫਾਈਲ ਬਣ ਗਿਆ, ਸੈਕਸ਼ਨਸ ਇਹੋ ਜਿਹੇ ਹੈ ਕਿ ਉਹ ਬੰਦੇ ਦਾ ਜਿਹੜਾ ਇਸ ਟਾਈਮ ਕਸੂਰ ਆ ਉਹ ਪ੍ਰੋਪਰ ਸਾਹਮਣੇ ਆ ਨਹੀਂ ਪਾ ਰਿਹਾ। ਜਿਹੜਾ ਸਾਡਾ ਕਲਾਇੰਟ ਹੈਗਾ ਉਹਦੇ 'ਤੇ ਸਿਰਫ 506 ਬਣਦੀ ਹੈ ਜਿਹੜੀ ਉਹਨੇ ਥਰੈਟਨਿੰਗਸ ਕੀਤੀ ਹੈ। ਜੇ ਮੰਨ ਲਓ ਕਿ ਪੁਲਿਸ ਦੇ ਐਲੀਗੇਸ਼ਨ ਹੈਗੇ ਆ, ਰੇਪ ਦੇ ਵੀ ਐਲੀਗੇਸ਼ਨ ਹੈਗੇ ਆ, ਤਾਂ ਉਹਦਾ ਐਕਟਿਵ ਕਮਿਸ਼ਨ ਦੇ ਵਿੱਚ ਕੋਈ ਰੋਲ ਨਹੀਂ ਹੈਗਾ, ਨਾ ਪੈਸਿਵ ਦੇ ਵਿੱਚ ਹੈਗਾ। ਉਹਦੇ ਸਿਰਫ 2 ਹੀ ਐਲੀਗੇਸ਼ਨ ਹੈ ਕਿ ਜੀ ਇਹਨਾਂ ਨੇ ਸਾਨੂੰ ਫੋਨ ਕੀਤਾ, ਰਾਜੀਨਾਮੇ ਲਿਖਿਆ, ਉਹ ਵੀ ਪੁਲਿਸ ਇਹਨੂੰ ਅਲੈਜ ਕਰਦੀ ਹੈ, ਅਸੀਂ ਇਸ ਚੀਜ਼ ਨੂੰ ਅਲੈਜ ਨਹੀਂ ਕਰਦੇ। ਵੀ ਹੈਵ ਨੋਟ ਡਨ ਐਨੀ ਫੋਨ ਕਾਲ ਔਰ ਨਥਿੰਗ ਟੂ। ਮੈਂ ਤੁਹਾਨੂੰ ਇੱਕ ਇਹ ਵੀ ਗੱਲ ਦੱਸਦਾ ਬ੍ਰਦਰ, ਜਦੋਂ ਚਲਾਨ ਪ੍ਰਜੈਂਟ ਹੋਇਆ ਸੀਗਾ ਨਾ, ਉਹ ਚਲਾਨ ਦੇ ਵਿੱਚ ਪੁਲਿਸ ਨੇ ਲਿਖਿਆ ਸੀਗਾ ਕਿ ਸਾਡੇ ਕੋਲ ਐਂਪਲ ਐਵੀਡੈਂਸ ਹੈਗਾ ਇਸ ਕੇਸ ਨੂੰ ਪਰਸਿਊ ਕਰਨ ਲਈ ਕੋਰਟ ਦੇ ਵਿੱਚ। ਜਦੋਂ ਕੋਰਟ ਤੋਂ ਸਾਨੂੰ ਸਮਨਿੰਗ ਹੋਈ, ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਪਹਿਲਾ ਪ੍ਰੈਰੋਗੇਟਿਵ ਹੈਗਾ ਉਹ ਪ੍ਰੈਰੋਗੇਟਿਵ ਲਿਆ ਕੋਰਟ ਦਾ। ਸਾਡੀ ਬੇਲ ਡਿਸਮਿਸ ਹੁੰਦੀ ਗਈ ਅਪ ਟਿਲ ਸੁਪਰੀਮ ਕੋਰਟ। ਸੁਪਰੀਮ ਕੋਰਟ ਨੇ ਸਾਨੂੰ ਇੱਕ ਟਾਈਮ ਦਿੱਤਾ ਸੀਗਾ ਡਿਊਰਿੰਗ ਇਲੈਕਸ਼ਨਸ ਤੱਕ ਦਾ ਕਿ ਇਲੈਕਸ਼ਨਸ ਤੋਂ ਬਾਅਦ ਤੁਸੀਂ ਆਪਣਾ ਜਿਹੜੀ ਬੇਲ ਹੈਗੀ ਉਹ ਪ੍ਰੋਪਰ ਫੋਰਮ 'ਤੇ ਮੂਵ ਕਰੋ। ਅਸੀਂ ਉਹ ਸਾਰਾ ਪ੍ਰੋਸੈਸ ਨਾਲ ਦੀ ਨਾਲ ਮੂਵ ਕਰ ਰਹੇ ਹਾਂ। ਇੱਕ ਗੱਲ ਤਾਂ ਸਭ ਤੋਂ ਬੜੀ ਗੱਲ ਇਹ ਹੈ ਪ੍ਰੋਸੀਕਿਊਸ਼ਨ ਦੀ ਕਿ ਜਦੋਂ ਸਭ ਤੋਂ ਪਹਿਲਾਂ ਚਲਾਨ ਦੇ ਵਿੱਚ ਇਹ ਦਿੱਤਾ ਕਿ ਸਾਨੂੰ ਕਿਸੇ ਵੀ ਹੋਰ ਐਵੀਡੈਂਸ ਦੀ ਕਿਸੇ ਬੰਦੇ ਨੂੰ ਅਰੈਸਟ ਕਰਨ ਦੀ ਲੋੜ ਨਹੀਂ ਹੈਗੀ, ਤਾਂ ਪੀਓ ਪ੍ਰੋਸੀਡਿੰਗਸ ਚੱਲ ਹੀ ਨਹੀਂ ਸੀ ਸਕਦੀ। ਜੇ ਰਹੀ ਗੱਲ ਕੋਰਟ ਦੀ, ਜਿਹੜਾ ਕੋਰਟ ਦੀ ਸਮਨਿੰਗ ਹੈਗੀ ਆ ਉਹ ਕੁਆ ਦੀ ਸਮਨਿੰਗ ਜਿਹੜਾ ਪ੍ਰੋਸੈਸ ਆ ਉਹ ਸਾਰਾ ਚੱਲ ਰਿਹਾ। ਪੁਲਿਸ ਵੱਲੋਂ ਤਾਂ ਕੋਈ ਸਾਨੂੰ ਕਦੇ ਹੋਈ ਨਹੀਂ ਗੀ ਪ੍ਰੋਬਲਮ, ਕਿਉਂਕਿ ਸਾਰੀ ਇਨਵੈਸਟੀਗੇਸ਼ਨ ਆ ਜੋ ਵੀ ਉਹ ਸਾਰਾ ਕੰਪਲੇਨਡ ਵੀ ਉਹਨਾਂ ਦੇ ਕੋਲ ਹੀ ਆ, ਜਿੰਨਾ ਰਿਕਾਰਡ ਹੈਗਾ ਉਹ ਵੀ ਉਹਨਾਂ ਨੇ ਸਾਰਾ ਆਪਣੇ ਕਬਜ਼ੇ 'ਚ ਲਿਆ ਹੋਇਆ। ਇਹ ਹੁਣ ਉਹਨਾਂ 'ਤੇ ਆ, ਬੈਂਸ ਸਾਹਿਬ 'ਤੇ ਵੀ ਕਦੋਂ ਉਹ ਕੋਰਟ ਦੇ ਵਿੱਚ ਆਪਣੀ ਸਮਨਿੰਗ ਦਿੰਦੇ ਆ ਜਾਂ ਕਿੱਦਾਂ ਕਰਦੇ ਆ।